ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਬਣਾਵਾਂਗੇ ਛੋਲੇ ਕੁਲਚੇ। ਇਹ ਬਣਾਉਣੇ ਬਹੁਤ ਈਜ਼ੀ ਨੇ, ਘਰ ਪਏ ਸਮਾਨ ਦੇ ਨਾਲ ਆਸਾਨੀ ਨਾਲ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਇਹਦੇ ਲਈ ਜਿਹੜਾ ਮੈਂ ਸਮਾਨ ਕੱਟ ਕਰਕੇ ਰੱਖਿਆ ਹੋਇਆ ਮੈਂ ਉਹ ਤੁਹਾਨੂੰ ਦਿਖਾ ਦਿੰਦੀ ਹਾਂ। ਦੋ ਪਿਆਜ਼ ਕੱਟ ਕਰ ਲਏ ਸੀ ਮੈਂ, ਦੋ ਮਿਰਚਾਂ ਕੱਟੀਆਂ ਹੋਈਆਂ ਨੇ, ਵਾਈਟ ਚਨੇ ਬੋਇਲ ਕੀਤੇ ਹੋਏ ਨੇ, ਥੋੜ੍ਹਾ ਜਿਹਾ ਨਿੰਬੂ ਦਾ ਰਸ, ਪੰਜ ਮੈਂ ਆਲੂ ਉਬਾਲ ਕੇ ਛੋਟੇ ਛੋਟੇ ਕੱਟ ਕਰ ਲਏ ਸੀ, ਕੱਟਿਆ ਹੋਇਆ ਧਨੀਆ, ਟਮਾਟਰ ਅਤੇ ਆਪਣੇ ਕੁਲਚੇ ਨੇ। ਆਪਾਂ ਸਾਰੇ ਮਿਕਸ ਕਰ ਲਾਂਗੇ। ਸਭ ਤੋਂ ਪਹਿਲਾਂ ਆਲੂ ਪਾਏ, ਟਮਾਟਰ ਪਾ ਲਾਂਗੇ, ਕੱਟਿਆ ਹੋਇਆ ਪਿਆਜ਼ ਪਾ ਲਾਂਗੇ, ਹਰਾ ਧਨੀਆ, ਵਾਈਟ ਚਨੇ, ਮਿਰਚ ਪਾ ਲਾਂਗੇ, ਇਸ ਤੋਂ ਬਾਅਦ ਮਸਾਲੇ ਪਾਵਾਂਗੇ, ਜੀਰਾ ਪਾਵਾਂਗੇ ਅੱਧਾ ਚਮਚ, ਥੋੜ੍ਹੀ ਜਿਹੀ ਕਾਲੀ ਮਿਰਚ, ਅੱਧਾ ਚਮਚ ਕਸੂਰੀ ਮੇਥੀ, ਅੱਧਾ ਚਮਚ ਲਾਲ ਮਿਰਚ ਪਾਉਂਗੀ, ਇਹ ਤੁਸੀਂ ਘਟਾ ਵਧਾ ਸਕਦੇ ਹੋ, ਅੱਧਾ ਚਮਚ ਗਰਮ ਮਸਾਲਾ ਪਾਇਆ, ਥੋੜ੍ਹਾ ਜਿਹਾ ਚਾਟ ਮਸਾਲਾ, ਲਾਸਟ ਵਿੱਚ ਨਮਕ ਪਾ ਲਾਂਗੇ ਆਪਾਂ। ਇਸ ਤੋਂ ਬਾਅਦ ਆਪਾਂ ਨਿੰਬੂ ਦਾ ਰਸ ਪਾ ਕੇ ਸਾਰਿਆਂ ਨੂੰ ਮਿਲਾ ਲਾਂਗੇ ਅੱਛੀ ਤਰ੍ਹਾਂ। ਆਮਚੂਰ ਮੈਂ ਪਾਉਣਾ ਭੁੱਲ ਗਈ ਸੀ, ਆਮਚੂਰ ਦਾ ਬਹੁਤ ਅੱਛਾ ਟੇਸਟ ਆਉਂਦਾ ਕੁਲਚਿਆਂ ਦੇ ਵਿੱਚ, ਆਮਚੂਰ ਪਾ ਸਕਦੇ ਹੋ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਤਵੇ ਉੱਤੇ ਥੋੜ੍ਹਾ ਜਿਹਾ ਪਕਾ ਲਾਂਗੇ। ਇੱਕ ਚਮਚ ਹੀ ਮੈਂ ਤੇਲ ਯੂਜ਼ ਕਰੂੰਗੀ, ਜ਼ਿਆਦਾ ਨਹੀਂ ਪਾਉਣਾ ਆਪਾਂ। ਇਹਨਾਂ ਮਸਾਲਿਆਂ ਨੂੰ ਹਲਕਾ ਜਿਹਾ ਗਰਮ ਹੀ ਕਰਨਾ ਆਪਾਂ, ਹੋਰ ਕੁਛ ਨਹੀਂ ਕਰਨਾ। ਇਹਨਾਂ ਨੂੰ ਗਰਮ ਕਰ ਲਾਂਗੇ। ਥੋੜ੍ਹਾ ਜਿਹਾ ਇਹਨਾਂ ਨੂੰ ਪਕਾ ਲਾਂਗੇ, ਇਹਨਾਂ ਨੂੰ ਆਪਾਂ ਇੱਕ ਸਾਈਡ 'ਤੇ ਕਰ ਦਾਂਗੇ ਕਿਉਂਕਿ ਆਪਾਂ ਕੁਲਚੇ ਵੀ ਇਹਨਾਂ ਦੇ ਵਿੱਚ ਹੀ ਰਾੜਾਂਗੇ। ਪਹਿਲਾਂ ਮੈਂ ਕੁਲਚੇ ਇੱਦਾਂ ਕੱਟ ਕਰ ਲਏ ਸੀ, ਦੋਨੋਂ ਸਾਈਡ ਦੇਖ ਕੇ ਬਰਾਬਰ ਕੱਟ ਕਰਨਾ ਹੈ ਆਪਾਂ। ਮੈਂ ਗੈਸ ਬੰਦ ਕਰਤਾ ਸੀ ਪਹਿਲਾਂ, ਆਪਾਂ ਫਿਰ ਤੋਂ ਗੈਸ ਔਨ ਕਰ ਲਾਂਗੇ। ਪਹਿਲਾਂ ਆਪਾਂ ਤਵੇ 'ਤੇ ਓਇਲ ਗ੍ਰੀਸ ਕਰ ਲਾਂਗੇ, ਇੰਨੇ ਆਪਣਾ ਤੇਲ ਗਰਮ ਹੁੰਦਾ ਹੈ, ਉਨਾ ਟਾਈਮ ਆਪਾਂ ਇਹਦੇ ਵਿੱਚ ਫਿਲ ਕਰ ਲਾਂਗੇ ਆਪਣੀ ਸਟਫਿੰਗ। ਇੱਦਾਂ ਆਪਾਂ ਸਟਫਿੰਗ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਪਕਾ ਲਾਂਗੇ। ਜਿੰਨੇ ਤੁਸੀਂ ਰਾੜਨਾ ਚਾਹੁੰਦੇ ਹੋ ਕੁਲਚੇ, ਉਨੇ ਤੁਸੀਂ ਇਹਨਾਂ ਨੂੰ ਰਾੜ ਸਕਦੇ ਹੋ, ਮੈਂ ਥੋੜ੍ਹੇ ਹੀ ਰਾੜੇ ਸੀ। ਇਸ ਤੋਂ ਬਾਅਦ ਖਾਣ ਦੇ ਟਾਈਮ ਆਪਾਂ ਇਹਦੇ ਵਿੱਚ ਸੌਸ ਪਾਵਾਂਗੇ, ਜਿੱਦਾਂ ਮੈਂ ਪਹਿਲਾਂ ਇੱਕ ਚਮਚ ਰੈੱਡ ਸੌਸ ਇਹਦੇ ਵਿੱਚ ਪਾਈ ਹੈ। ਇਹ ਟਮੈਟੋ ਕੈਚਅਪ ਹੈ, ਥੋੜ੍ਹੀ ਜਿਹੀ ਗ੍ਰੀਨ ਚਟਨੀ ਮੈਂ ਇਹਦੇ ਵਿੱਚ ਪਾਉਂਗੀ। ਲਾਸਟ ਵਿੱਚ ਆਪਾਂ ਇੱਕ ਚਮਚ ਮਿਓਨੀਜ਼ ਇਹਦੇ ਵਿੱਚ ਪਾ ਲਾਂਗੇ। ਇਹ ਆਪਸ਼ਨਲ ਨੇ, ਮਿਓਨੀਜ਼ ਨਹੀਂ ਹੈਗੀ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ, ਇਹ ਜ਼ਰੂਰੀ ਨਹੀਂ ਹੈਗੀ ਪਾਣੀ, ਇਹ ਜਸਟ ਟੇਸਟ ਇਨਹਾਂਸ ਕਰਦੀ ਆ। ਮੈਂ ਸੋਫਟ ਰੱਖੇ ਸੀ, ਤੁਸੀਂ ਕਰੰਚੀ ਵੀ ਇਹਨਾਂ ਨੂੰ ਬਣਾ ਸਕਦੇ ਹੋ, ਇਹਨਾਂ ਨੂੰ ਜ਼ਿਆਦਾ ਰਾੜ ਸਕਦੇ ਹੋ।
थोनों आज दी वीडियो अच्छी लगी होवे तो लाइक सब्सक्राइब जरूर करो। हुण आपां मिलदे अगली वीडियो दे विच। बाय।